लेंटर डालने पर हुआ झगड़ा। मौके पर पहुंची पुलिस ने कार्रवाई की कही बात। वेरका के अंतर्गत पड़ते गांव मुद्दल में लेंटर डालने को लेकर दो पक्षों में झगड़ा हुआ। इस झगड़े में ईंट पत्थर चले। एक पक्ष का आरोप था कि लेंटर डालने से मना करने पर उन पर ईंटों से हमला किया गया। मौके पर पहुंची पुलिस ने कार्रवाई की बात कही। घायल हुए लोगों ने पुलिस पर भी दूसरे पक्ष का साथ देने का आरोप लगाया। ਫਿਰ ਉਹ ਵਧਾ ਕਰਨਗੇ। ਅਸੀਂ ਐਸ ਐਚ ਓ ਨੂੰ ਫੋਨ ਕੀਤਾ ਸੀ ਵੀ ਰੋਕ ਦਿਓ, ਉੱਧਰ ਰਹਿਣ ਦਿਓ ਅਤੇ ਇੱਧਰ ਬਾਅਦ 'ਚ ਪਾ ਲਿਓ ਜਦੋਂ ਫੈਸਲਾ ਹੋਊਗਾ। ਇਹਨਾਂ ਮੰਨਿਆ ਨਹੀਂ, ਉਹਨਾਂ ਫੱਟਾ ਲਾਇਆ। ਮੈਂ ਕਿਹਾ ਤੂੰ ਫੱਟਾ ਬੰਦ ਕਰੋ, ਉਹਨਾਂ ਮੇਰੇ ਇੱਟ ਮਾਰਤੀ ਉੱਤੋਂ। ਅਤੇ ਕਿਹੜੇ ਬੰਦਿਆਂ ਨਾਲ ਝਗੜਾ ਹੋਇਆ? ਹਰਜੀਤ ਸਿੰਘ ਹੈਪੀ। ਕਿਹੜਾ ਪਿੰਡ? ਪਿੰਡ ਮੁੱਦਲ ਆ। ਅਤੇ ਹੋਰ ਕਿਹੜੇ ਕਿਹੜੇ ਬੰਦੇ ਸੀ ਲੜਾਈ ਦੇ ਵਿੱਚ? ਲੜਾਈ ਦੇ ਵਿੱਚ ਉਹਨਾਂ ਨੇ ਜਵਾਈ, ਉਹਨਾਂ ਦੇ ਬਲਬੀਰ ਸਿੰਘ ਦਾ ਮੁੰਡਾ, ਲਵਪ੍ਰੀਤ ਸਿੰਘ, ਅਜੇ ਪਾਲ ਸਿੰਘ ਗੁਆਂਢੀਆਂ ਦੇ, ਸਭ ਉਹਨਾਂ ਦੇ ਸਾਰੇ ਮੁੰਡੇ ਇਕੱਠੇ ਕੀਤੇ ਜੀ। ਪੁਲਿਸ ਨੇ ਜਦੋਂ ਤੁਸੀਂ ਸ਼ਿਕਾਇਤ ਕੀਤੀ ਤਾਂ ਪੁਲਿਸ ਆਈ ਮੌਕੇ 'ਤੇ? ਅਸੀਂ ਉਹ ਮੌਕੇ 'ਤੇ ਨਹੀਂ ਆਈ, ਅਸੀਂ ਆ ਗਏ ਉੱਥੇ। ਮੈਂਬਰ ਸਰਪੰਚ ਸਾਰੇ ਬੈਠੇ ਆ। ਅੱਛਾ ਜੀ। ਹਾਂਜੀ, ਗੁਰਕੀਤ ਸਿੰਘ ਸਰਪੰਚ। ਸਤਪਾਲ ਸਿੰਘ, ਕੀ ਗੱਲ ਹੋਈ? ਗੱਲ ਸਰ, ਮੈਂ ਤਾਂ ਇਹ ਮੈਰਿਜ ਸੀ ਮੇਰੀ 15 ਤਰੀਕ ਨੂੰ, ਮੈਂ ਤਾਂ ਮੈਰਿਜ ਕਹਿਣ ਆਇਆ ਹਾਂ। ਅਤੇ ਇਹ ਮਾਮੀ ਹੋਣਾ ਨੇ ਇੰਨਾ ਕਿਹਾ ਵੀ ਤੁਸੀਂ ਵੀ ਵਧਾ ਨਾ ਪਾਓ, ਜਿੰਨੀ ਤੁਹਾਡੀ ਸਿਹਤ ਆਉਂਦੀ ਉਹਨਾਂ ਲੈਂਟਰ ਪਾ ਲਓ, ਵਧਾ ਛੱਡ ਦਿਓ। ਕਿਹਨਾਂ ਨੂੰ ਕਿਹਾ? ਵੀ ਇਹਨਾਂ ਨੂੰ, ਘਰ ਵਾਲਿਆਂ ਨੂੰ, ਜਿਨ੍ਹਾਂ ਨੂੰ ਝਗੜਾ ਹੋਇਆ ਵਾ। ਅੱਛਾ ਜੀ। ਅਤੇ ਬਸ ਪੁਲਿਸ ਦੀ ਵੇਟ ਸੀ ਵੀ ਪੁਲਿਸ ਆ ਜਾਂਦੀ ਤਾਂ ਚਲੋ ਉਹ ਕਹਿਣਗੇ ਅਤੇ ਫਿਰ ਵੀ ਪਾ ਲਿਓ ਤੁਸੀਂ ਵੀ ਰਾਜ਼ੀਨਾਮਾ ਹੋਊਗਾ ਅਤੇ ਫਿਰ। ਅਤੇ ਇਹ ਮਾਮੀ ਨੇ ਇੰਨਾ ਕਿਹਾ ਵੀ ਤੂੰ ਵੀ ਇਹ ਫੱਟਾ ਲਾਇਆ ਇਹਨਾਂ ਨੇ, ਵਧਾ ਤੇ ਲੈਂਟਰ ਪਾਉਣ ਲੱਗੇ ਆ। ਅਤੇ ਮਾਮੀ ਨੇ ਇੰਨਾ ਕਿਹਾ ਤੂੰ ਇਹਨਾਂ ਆਈਟਮ ਮਾਰੀ ਸਿੱਧੀ ਅਤੇ ਇਹਦੇ ਮਾਮੀ ਦੇ ਵੱਜ ਗਈ ਆ। ਅਤੇ ਮੈਂ ਫੜਨ ਗਿਆ ਅਤੇ ਮੇਰੇ ਵੀ ਇਹਨਾਂ ਮਾਰਤੀ ਰੋੜੇ। ਹਾਂਜੀ, ਮੇਰੇ ਨਾਨਕੇ ਨੇ, ਮੈਂ ਮੈਰਿਜ ਕਹਿਣ ਆਇਆ ਹਾਂ। ਤੁਸੀਂ ਕਿੱਥੇ ਰਹਿੰਦੇ? ਮੈਂ ਸੰਗਤਪੁਰਾ ਪਿੰਡ। ਠੀਕ ਹੈ। ਹਾਂਜੀ, ਅਤੇ ਜਿਹੜੀ ਲੜਾਈ ਆ ਉਹਦੇ? ਹਾਂਜੀ, ਪੁਲਿਸ ਦੇ ਮੌਜੂਦਾ ਇਹਨਾਂ ਫੱਟਾਂ ਲਾਈਆਂ ਵਾ। ਨਾ, ਪੁਲਿਸ ਦੇ ਮੌਜੂਦਾ ਫੱਟਾਂ ਸਾਨੂੰ ਲਾਈਆਂ ਵਾ। ਤੁਸੀਂ ਅੱਜ ਥਾਣੇ ਆਏ ਜੇ ਕਿ ਲਿਆਂਦੇ ਗਏ ਜੇ? ਨਹੀਂ, ਸਾਨੂੰ ਲਿਆਂਦਾ ਗਿਆ ਇੱਥੇ। ਕਿਸ ਮਾਮਲੇ? ਇਹਦਾ ਫਰਜ਼ ਬਣਦਾ ਸੀ ਉਸੇ ਵੇਲੇ ਉਹਨਾਂ ਨੂੰ ਵੀ ਉੱਥੋਂ ਹੀ ਚੁੱਕਦੇ ਵੀ। ਉਹਨਾਂ ਨੂੰ ਨਹੀਂ ਲਿਆਂਦਾ? ਨਾ, ਜਿੰਨਾ ਸੱਟਾਂ ਲਾਈਆਂ? ਜਿੰਨਾ ਸੱਟਾਂ ਲਾਈਆਂ ਕੋਈ ਵੀ ਨਹੀਂ ਆਇਆ। ਲੈਂਟਰ ਪਵਾ ਕੇ ਕੋਲ ਖਲੋ ਕੇ ਲੈਂਟਰ ਪਵਾਇਆ ਵਾ। ਬੰਦਾ ਨਹੀਂ ਕੋਈ ਵੀ ਚੁੱਕਿਆ, ਕੋਲ ਖਲੋ ਕੇ ਲੈਂਟਰ ਪਵਾਇਆ ਵਾ। ਨਾਮ ਕੀ ਤੁਹਾਡਾ? ਕਿਰਤਪਾਲ। ਇਹ ਨਾ ਜੀ, ਸਾਡੇ ਕੋਲ ਹਰਪਾਲ ਸਿੰਘ ਪੁੱਤਰ ਸਾਧੂ ਸਿੰਘ ਅਤੇ ਆਪਣਾ ਹਰਜੀਤ ਸਿੰਘ ਹੈਪੀ, ਸਾਨੂੰ ਇੰਦਰ ਸਿੰਘ ਵਾਸੀ ਮੂਦਲ। ਇਹ ਹਰਜੀਤ ਸਿੰਘ ਆ ਜਿਹੜਾ ਇਹ ਆਪਣਾ ਮਕਾਨ ਬਣਾ ਰਿਹਾ ਅਤੇ ਜਿਹੜਾ ਆਪਣਾ ਹੈਗਾ ਸੀ ਹਰਪਾਲ ਸਿੰਘ ਉਹ ਇਹਨੂੰ ਕਹਿੰਦਾ, ਇਹਨੂੰ ਰੋਕਦਾ ਸੀ ਮਤਲਬ। ਠੀਕ ਹੈ ਜੀ, ਉਹ ਅਸੀਂ ਮੌਕੇ 'ਤੇ ਜਾ ਕੇ ਵੇਖਿਆ ਮਤਲਬ ਇਸ ਚੌਂਕੀ ਇੰਚਾਰਜ ਮੂਦਲ ਨੇ, ਅਤੇ ਉਹ ਇਹਨਾਂ ਨੂੰ ਸਮਝਾ ਕੇ ਵੀ ਆਏ। ਉਸ ਤੋਂ ਬਾਅਦ ਇਹਨਾਂ ਨੇ ਆਪਸ ਵਿੱਚ ਜਿਹੜਾ ਇੱਟ ਰੋੜਾ ਚਲਾਇਆ ਉਹਦੇ ਸੰਬੰਧੀ ਅਸੀਂ ਜਿਹੜੇ ਬੰਦੇ ਆ ਦੋਨਾਂ ਪਾਰਟੀਆਂ ਦੇ ਲੈ ਆਉਂਦੇ ਨੇ, ਅਤੇ ਜਿਹਦੇ ਸੱਟ ਲੱਗੀ ਆ ਉਹਨੂੰ ਅਸੀਂ ਡਾਕਟਰ ਦੇ ਦਿੱਤਾ, ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ। ਸਰ, ਉਹ ਕਹਿੰਦੇ ਜੀ ਕਿ ਨਜਾਇਜ਼ ਵਧਾ ਪਾ ਰਹੇ 6 ਫੁੱਟ ਗਲੀ ਤੋਂ ਵੱਧ? ਕੋਈ ਨਜਾਇਜ਼ ਵਧਾ ਨਹੀਂ ਗਾ, ਉੱਥੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ। ਇਹ ਜਾਣ ਪੁੱਡਾ 'ਤੇ ਜਾ ਕੇ ਆਪਣੀ ਸ਼ਿਕਾਇਤ ਕਰਨ, ਜੇਕਰ ਇਹਨਾਂ ਨੂੰ ਕੋਈ ਇਤਰਾਜ਼ ਹੈ ਅਤੇ ਮੁਤਲਕਾ ਡਿਪਾਰਟਮੈਂਟ ਨੂੰ ਇਹ ਪੂਰੀ ਸ਼ਿਕਾਇਤ ਕਰ ਸਕਦੇ। ਅਤੇ ਇਹਨਾਂ ਦੇ ਸੱਟਾਂ ਵੀ ਲੱਗੀਆਂ ਜਿਹੜੇ ਮਦਈ ਸੀਗੇ? ਜਿਹਦੇ ਸੱਟ ਲੱਗੀ ਉਹਨੂੰ ਅਸੀਂ ਡਾਕਟਰ ਦੇ ਦਿੱਤਾ, ਉਹਦੀ ਅਸੀਂ ਬਿਆਨ ਲਿਖ ਕੇ ਕਾਨੂੰਨੀ ਕਾਰਵਾਈ ਜਿਹੜੀ ਅਸੀਂ ਕਰਾਂਗੇ। ਕਿੰਨੇ ਬੰਦਿਆਂ ਦੇ ਨਾਂ ਦਿੱਤੇ ਜੀ ਉਹਨਾਂ ਨੇ? ਕਿੰਨਾਂ ਨੇ ਜਿਹੜੇ ਮਦਈ ਪਾਰਟੀ ਜਿਹਨਾਂ ਸੱਟਾਂ ਲੱਗੀਆਂ? ਸੱਟਾਂ ਦੋਨੋਂ ਤਰ੍ਹਾਂ ਲੜੀਆਂ, ਦੋਨਾਂ ਤਰ੍ਹਾਂ ਦੇ ਲੱਗੀਆਂ, ਜਿਹਦੇ ਨਾਲ ਵੀ ਦੋਨਾਂ ਨੂੰ ਡਾਕਟਰ ਦਿੱਤੇ ਆ। ਬਣਦੀ ਕਾਰਵਾਈ ਜਿਹੜੀ ਅਸੀਂ ਕਰਾਂਗੇ।